ਸੁਣ ਮੀਤਾ ਸੁਣ ਮੀਤਾ ਹਉ ਤੇਰੀ ਸਰਨਾਈ ਆਇਆ
ਸੁਣ ਬੇਤਾ ਸੁਣ ਮੀਤਾ।
ਭਲਾ ਮਨਾਈਏ। ਸ਼ਾ
ਸੁਣ ਮੀਤਾ ਹਉ ਤੇਰੀ ਸਰਨਾਈ ਆਇਆ ਸੁਣ ਮੀਤਾ ਹਉ ਤੇਰੀ ਸਰਨਾਈ ਆਇਆ ਪ੍ਰਭ ਮਿਲੋ ਪ੍ਰਭ ਮਿਲੋ ਦੇਹੋ ਉਪਦੇਸਾ ਪ੍ਰਭ ਮਿਲੋ ਕੌਣ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਦੇਹੋ ਉਪਦੇਸਾ ਪ੍ਰਭ ਮਿਲੋ ਏਕਾ ਸੰਗਤ ਇਕਤ ਗ੍ਰਹਿ ਬਸਤੈ ਮਿਲ ਬਾਤ ਨਾ ਕਰਤੇ ਭਾਈ ਏਕ ਬਸਤ ਬਿਨ ਪੰਚ ਦੁਹੇਲੇ ਏਕ ਬਸਤ ਬਿਨ ਪੰਚ ਦੁਹੇਲੇ ਓ ਬਸਤ ਅਗੋਚਰ ਠਾਈ ਹਉ ਤੇਰੀ ਸਰਨਾਈ ਆਇਆ ਪ੍ਰਭ ਮਿਲੋ ਕਵਨ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਕਵਨ ਸੋ ਅੱਖਰ ਕਵਨ ਗੁਣ ਦੇਹੋ ਉਪਦੇਸਾ ਕਵਨ ਸੋ ਅੱਖਰ ਕਵਨ ਗੁਣ ਕਵਨ ਸੋ ਮਨਿਆ ਮੰਤ ਕਵਨ ਸੋ ਵੇਸੋ ਹੋ ਕਰੀ ਦੇਹੋ ਉਪਦੇਸਾ ਕਵਨ ਸੋਵੇ ਸੋ ਕਰੀ ਕਿਨ ਬਿਧ ਮਿਲੇ ਗੁਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਿਜ ਸੁਖ ਦਾਤਾ ਮੋਹ ਮਾਰਗ ਦੇਹੋ ਬਤਾਈ ਉਪਦੇਸਾ ਮੋਹਿ ਮਾਰਗ ਦੇਹੋ ਬਤਾਈ ਹੈਰਾਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਬਦ ਵਿੱਚੋਂ ਇੱਕ ਸਵਾਲ ਖੜਾ ਹੋ ਗਿਆ ਸੀ ਉਹ ਸਵਾਲ ਸੀ
ਕਿ ਮੈਂ ਰੱਬ ਤੋਂ ਵਿਛੜਿਆ ਕਿਉਂ ਆ। ਤੇ ਲਫ਼ਜ਼ ਸਨ ਬੜਾ ਸਪਸ਼ਟ ਇਸ ਗੱਲ ਦਾ ਜਵਾਬ ਸੀ ਕਿ ਵਿਛੜਿਆ ਇਸ ਲਈ ਆ ਮਾਈ ਮੈਂ ਮਨ ਕੋ ਮਾਣ ਨਾ ਤਿਆਗੇ ਹੋ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਰਾਤ ਵਾਲਾ ਸ਼ਬਦ ਸੀ, ਮਾਈ ਮੈਂ ਮਨ ਕੋ ਮਾਣ ਨਾ ਤਿਆਗੇ ਹੋ, ਮੈਂ ਮਾਣ ਨਹੀਂ ਛੱਡ ਸਕਿਆ, ਹੋਂ ਹੋਂ ਭੀਤ ਭਇਓ ਹੈ ਬੀਚੋ, ਮੇਰੇ ਅਤੇ ਮੇਰੇ ਮਾਲਕ ਦੇ ਦਰਮਿਆਨ ਵਿੱਚ ਹੋਂ ਦੀ ਮਾਣ ਹੰਕਾਰ ਦੀ ਇੱਕ ਦੀਵਾਰ ਖੜੀ ਹੋ ਗਈ, ਉਹਨੇ ਮੈਨੂੰ ਮਿਲਣ ਨਹੀਂ ਦਿੱਤਾ। ਰੱਬ ਦੂਰ ਨਹੀਂ, ਉਹ ਦੂਰ ਨਹੀਂ। ਰਾਤ ਦੇ ਲਫ਼ਜ਼ ਨੂੰ ਮੈਂ ਲੜੀਵਾਰ ਜੋੜਨਾ ਚਾਹੁੰਦਾ, ਉਸੀ ਮਾਇਆ ਕੇ ਮਦ ਭਇਓ ਬਾਵਰੋ ਸੋਜਤ ਨਹਿ ਕਿਛ ਗਿਆਨਾ, ਮੈਨੂੰ ਇਹ ਗਿਆਨ ਹੀ ਨਹੀਂ ਹੋਇਆ ਵੀ ਮਿਲੀ ਦਾ ਕਿਵੇਂ ਹੈ, ਹੈ ਦੂਰ ਨਹੀਂ, ਘੱਟ ਹੀ ਭੀਤਰ ਬਸਤ ਨਿਰੰਜਨ, ਉਹ ਮੇਰੇ ਅੰਦਰ ਹੀ ਵਸਦਾ ਹੈ। ਸੁਣਿਆ ਸੀ ਰੱਬ ਨੇੜੇ ਹੈ, ਪਰ ਮੈਂ ਆਪਣੀ ਕਮਜ਼ੋਰੀ ਕਾਰਨ ਉਹਨੂੰ ਦੂਰ ਸਮਝਣ ਲੱਗ ਪਿਆ, ਕਿਉਂਕਿ ਮੈਨੂੰ ਮਿਲਣ ਦੀ ਜਾਂਚ ਨਾ ਆਈ। ਰਾਤ ਇੱਥੇ ਰੁਕੇ ਕਿ ਮੇਰੇ ਅਤੇ ਰੱਬ ਦੇ ਦਰਮਿਆਨ ਵਿੱਚ ਇੱਕ ਹੋਂ ਹੋਂ ਦੀ ਮਾਨ ਹੰਕਾਰ ਦੀ ਦੀਵਾਰ ਖੜੀ ਹੋ ਗਈ। ਹੁਣ ਮਾਨ ਹੰਕਾਰ ਦਾ ਅਪੋਜ਼ਿਟ ਲਫ਼ਜ਼ ਕੀ ਹੈ, ਉਹ ਕਿਰਿਆ ਕੀ ਹੈ, ਆਪਾਂ ਅੱਜ ਦੇ ਸ਼ਬਦ ਵਿੱਚੋਂ ਉਹ ਲੱਭਣੇ। ਜੇ ਮਾਣ ਕਰਕੇ ਹੋਂ ਹੋਂ ਭੀਤ ਭਇਓ ਹੈ ਵਿੱਚੋਂ ਕਰਕੇ ਰੱਬ ਦੂਰ ਨਹੀਂ, ਬਲਕਿ ਗੁਰੂ ਨੇ ਇੱਕ ਬੜੀ ਖੂਬਸੂਰਤ ਐਗਜ਼ਾਮਪਲ ਦਿੱਤੀ। ਕਹਿਣ ਲੱਗੇ ਤਿਖਾ ਤਿਹਾਇਆ ਕਿਉਂ ਲਹੇ ਜਾਂ ਸਰ ਭੀਤਰ ਪਾਲ, ਤਲਾਬ ਪਾਣੀ ਦਾ ਭਰਿਆ ਹੋਵੇ, ਪਾਣੀ ਦੀ ਕੋਈ ਥੁੜ ਨਹੀਂ, ਪਰ ਇੱਕ ਪਾਸੇ ਪਿਆਸਾ ਖੜਾ ਹੋਵੇ, ਇਹ ਵੀ ਹੋਵੇ ਕਿ ਪਿਆਸੇ ਨੂੰ ਪਾਣੀ ਦੀ ਲੋੜ ਹੈ, ਅਤੇ ਦੂਜੇ ਪਾਸੇ ਪਾਣੀ ਦਾ ਤਲਾਬ ਵੀ ਭਰਿਆ ਹੋਇਆ, ਦੋਨੋਂ ਚੀਜ਼ਾਂ ਨੇ। ਪਰ ਗੁਰੂ ਕਹਿੰਦੇ ਨੇ ਕਿੱਡੀ ਮੁਸ਼ਕਿਲ ਬਦਕਿਸਮਤੀ ਹੈ ਕਿ ਉਸ ਭਰੇ ਹੋਏ ਤਲਾਬ ਦੇ ਅਤੇ ਇੱਕ ਪਿਆਸੇ ਦੇ ਦਰਮਿਆਨ ਵਿੱਚ ਪਾਲ ਹੈ, ਦੀਵਾਰ ਹੈ। ਹੁਣ ਦੂਰੀ ਤਾਂ ਸਿਰਫ ਦੀਵਾਰ ਦੀ ਹੈ, ਤਲਾਬ ਵੀ ਪਾਣੀ ਦਾ ਭਰਿਆ ਹੋਇਆ, ਪਿਆਸਾ ਵੀ ਮੌਜੂਦ ਹੈ, ਉਹਦੀ ਚਾਹਤ ਵੀ ਹੈ ਕਿ ਮੈਨੂੰ ਪਾਣੀ ਦਾ ਘੁੱਟ ਮਿਲ ਜਾਏ।
ਪਰ ਮਜਬੂਰੀ ਹੈ, ਦਰਮਿਆਨ ਵਿੱਚ ਦੀਵਾਰ ਹੈ, ਉਹ ਛੋਟੀ ਜਿਹੀ 4 ਇੰਚੀ ਦੀ ਦੀਵਾਰ ਉਹਨਾਂ ਉਹਦੀ ਪਿਆਸ ਨਹੀਂ ਬੁੱਝਣ ਦਿੰਦੀ। ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਏ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ ਤੜਪ ਰਿਹਾ, ਕਿਉਂਕਿ ਤਲਾਬ ਭਰੇ ਹੋਏ ਪਾਣੀ ਦੇ ਤਲਾਬ ਦੇ ਅਤੇ ਇੱਕ ਪਿਆਸੇ ਦੇ ਦਰਮਿਆਨ ਵਿੱਚ ਇੱਕ ਪਾਲ ਹੈ, ਦੀਵਾਰ ਹੈ। ਗੁਰੂ ਕਹਿੰਦੇ ਨੇ ਤਿਖਾ ਪਿਆਸ, ਤ੍ਰਿਖਾ ਤਿਹਾਇਆ ਕਿਉਂ ਲਏ, ਇੱਕ ਪਿਆਸੇ ਦੀ ਤ੍ਰਿਖਾ ਪਿਆਸ ਕਿਵੇਂ ਬੁੱਝੇ, ਤ੍ਰਿਖਾ ਤਿਹਾਇਆ ਕਿਉਂ ਲਹੇ ਜਾਂ ਸਰ ਭੀਤਰ ਪਾਲ। ਜਦੋਂ ਉਸ ਸਰ ਦੇ ਦਰਿਆ ਦੇ ਅਤੇ ਪਿਆਸੇ ਦੇ ਦਰਮਿਆਨ ਵਿੱਚ ਭੀਤਰ ਪਾਲ ਦੀਵਾਰ ਖੜ੍ਹੀ ਹੋਈ ਹੈ ਜੀ। ਦੀਵਾਰ ਕਿਹੜੀ ਹੈ? ਕਹਿਣ ਲੱਗੇ ਹਾਂ ਹਾਂ ਭੀਤ ਭਇਓ ਹੈ ਵਿੱਚੋ, ਉਹ ਹੈ ਮਾਨ ਹੰਕਾਰ ਦੀ, ਮੇਰੇ ਵਰਗਾ ਕੋਈ ਨਹੀਂ। ਹੋ ਸੂਰਾ ਪ੍ਰਧਾਨ ਹੋ ਕੋ ਨਾਹੀ ਮੁਝੇ ਸਮਾਨੀ, ਮੇਰੇ ਵਰਗਾ ਕੋਈ ਨਹੀਂ, ਮੈਂ ਸੂਰਮਾ, ਮੇਰੇ ਕੋਲ ਬਾਜ਼ੂ ਬਲ ਹੈ। ਪ੍ਰਧਾਨ ਪਰ ਗੁਰੂ ਕਹਿੰਦੇ ਨਹੀਂ, ਹੰਕਾਰ ਵਾਲਾ ਪ੍ਰਧਾਨ ਨਹੀਂ। ਗੁਰੂ ਕੋਲੋਂ ਪੁੱਛੀਏ ਕਹਿੰਦੇ ਨੇ ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਗੁਰਬਾਣੀ ਹੈ ਜਵਾਬ ਹੈ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਕੌਣ ਸਾਧ ਸੰਗ ਜਾਂ ਕਾ ਮਿਟਾਏ ਅਭਿਮਾਨ। ਆਪਾਂ ਸੁਖਮਣੀ ਸਾਹਿਬ ਦਾ ਪਾਠ ਕਰਨਾ ਹੈ, ਉਹਦੀ ਲਾਈਨ ਹੈ। ਉਹ ਕਹਿੰਦਾ ਮੈਂ ਪ੍ਰਧਾਨ ਹਾਂ, ਮੇਰੇ ਕੋਲ ਬਾਜ਼ੂ ਬਲ ਹੈ। ਗੁਰੂ ਕਹਿੰਦਾ ਨਹੀਂ, ਜਿਹਦੇ ਮਨ ਵਿੱਚ ਇਹ ਅਭਿਮਾਨ ਹੈ ਨਾ ਕਿ ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਵਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੇ ਰਾਤ ਵੀ ਫਸਲ, ਜਨ ਮਰੇ ਵਜੋਨ ਬਰਮ, ਧਨ ਭੂਮ ਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਪ੍ਰਧਾਨ ਨਹੀਂ ਹੋ ਸਕਦਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਕੌਣ ਸਾਧ ਸੰਗ ਜਾਂ ਕਾ ਮਿਟੈ ਅਭਿਮਾਨ। ਹੁਣ ਮਸਲਾ ਇਹ ਆ ਗਿਆ, ਅਭਿਮਾਨ ਜੇ ਮਿਟੇ ਤਾਂ ਕੀ ਆਵੇ? ਲਓ ਉਹਦਾ ਆਪੋਜ਼ਿਟ ਲਫਜ਼ ਜਿਹੜਾ ਹੈ ਉਹੋ ਹੀ ਮਿਲਾਪ ਦਾ ਸਾਧਨ, ਉਹ ਵਿਛੋੜੇ ਦਾ ਸਾਧਨ ਹੈ। ਅਭਿਮਾਨੀ ਹੋਂ ਹੋਂ ਵਾਲਾ ਵਿਛੜ ਰਿਹਾ ਹੈ, ਹੁਣ ਉਹ ਮਿਲਣਾ ਚਾਹੁੰਦਾ ਅਤੇ ਮਿਲਣ ਲਈ ਪੁੱਛਦਾ ਹੈ ਜੀ ਕੀ ਕਰਾਂ। ਲਓ ਅੱਜ ਦੇ ਸ਼ਬਦ ਵਿੱਚੋਂ ਅਸੀਂ ਇਹ ਢੂੰਡਣਾ ਹੈ। ਕਹਿੰਦੇ ਨੇ ਸੁਣ ਮੀਤਾ ਸੁਣ ਮੀਤਾ, ਹੋ ਤੇਰੀ ਸਰਨਾਈਆ
ਹੇ ਮਿੱਤਰਾ, ਮੈਂ ਤੇਰੀ ਸ਼ਰਨ ਆਇਆ, ਮੈਨੂੰ ਉਹ ਤਰੀਕਾ ਦੱਸ ਕਿ ਮੇਰੇ ਦਰਮਿਆਨ ਦੀ ਉਹ ਪਾਲ, ਉਹ ਦੀਵਾਰ ਟੁੱਟ ਜਾਏ, ਮੇਰੀ ਪਿਆਸ ਬੁੱਝ ਜਾਏ। ਸੁਣ ਮੀਤਾ, ਹਉ ਤੇਰੀ ਸਰਨਾਈਆ, ਪ੍ਰਭ ਮਿਲੋ ਦਿਹੋ ਉਪਦੇਸ਼ਾ, ਪ੍ਰਭ ਮਿਲੋ ਮੈਨੂੰ ਉਪਦੇਸ਼ ਦੇ, ਰਾਹ ਦੱਸ, ਮਾਰਗ ਦਿਓ ਬਤਾਈ, ਮੈਨੂੰ ਰਸਤਾ ਦੱਸ, ਮੈਂ ਕਿਵੇਂ ਮਿਲ ਸਕਾਂ, ਹੈ ਨੇੜੇ। ਅਤੇ ਅਗਲੀ ਲਾਈਨ ਅੰਦਰ ਜਵਾਬ ਹੈ, ਇਸ ਲਾਈਨ ਵਿੱਚ ਸਵਾਲ ਹੈ, ਕਹਿਣ ਲੱਗੇ ਮੈਂ ਤੇਰੇ ਚਰਨ ਧੋ ਧੋ ਪੀਣ ਲਈ ਤਿਆਰ ਹਾਂ, ਪਾਵ ਮਲੋਵੋ, ਤੇਰੇ ਚਰਨ ਧੋਣੀ ਆ, ਮਲ ਮਲ ਧੋਵੋ, ਇਹ ਮਨ ਵੀ ਤੇਰੇ ਸਮਰਪਣ ਕਰਨੀ ਆ, ਪਰ ਮੈਨੂੰ ਉਹ ਉਪਦੇਸ਼, ਉਹ ਰਾਹ ਦੱਸ ਦੇ ਜਿਹਦੇ ਵਿੱਚ ਮੇਰਾ ਵਿਛੋੜਾ ਦੂਰ ਹੋ ਜਾਏ। ਮਲ ਮਲ ਧੋਵਾ, ਇਹ ਮਨ ਤੈ ਕੂਦੇਸਾ, ਇਹ ਮਨ ਤੈ ਕੂਦੇਸਾ, ਸੁਣ ਮੀਤਾ, ਹਉ ਤੇਰੀ ਸ਼ਰਨ ਆਈ ਆਇਆ, ਪ੍ਰਭ ਮਿਲੋ, ਪ੍ਰਭ ਮਿਲੋ, ਦੇਹੋ ਉਪਦੇਸਾ, ਮੈਨੂੰ ਉਹ ਉਪਦੇਸ਼ ਦੇ, ਉਹ ਰਾਹ ਦੱਸ। ਹੁਣ ਅਗਲੀ ਲਾਈਨ ਵਿੱਚ ਜਵਾਬ ਨਾਲ ਦੀ ਨਾਲ, ਮੈਂ ਇੱਕ ਵਾਰ ਅਰਜ਼ ਕੀਤੀ ਸੀ, ਗੁਰੂ ਨਿਰਾ ਰੋਗ ਨਹੀਂ ਦੱਸਦਾ, ਇਲਾਜ ਵੀ ਦੱਸਦਾ। ਇਸੇ ਲਈ ਗੁਰੂ ਨੇ ਆਖ ਦਿੱਤਾ, ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ। ਉਹ ਕਾਹਦਾ ਵੈਦ ਹੈ ਜਿਹੜਾ ਰੋਗੀ ਨੂੰ ਰੋਗ ਤੇ ਦੱਸੀ ਜਾਏ ਪਰ ਪ੍ਰੈਸਕ੍ਰਿਪਸ਼ਨ ਨਾ ਦੇ ਸਕੇ, ਇਲਾਜ ਨਾ ਕਰ ਸਕੇ। ਗੁਰੂ ਐਸਾ ਨਹੀਂ ਕਹਿੰਦਾ, ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ। ਜੀ, ਰੋਗ ਤਾਂ ਸਪਸ਼ਟ ਹੋ ਗਿਆ ਕਿ ਹੰਕਾਰ ਹੈ, ਉਹ ਦਰਮਿਆਨ ਵਿੱਚ ਦੀਵਾਰ ਹੈ, ਮਾਨ ਹੈ, ਅਭਿਮਾਨ ਹੈ, ਉਹ ਦਰਮਿਆਨ ਵਿੱਚ ਦੀਵਾਰ ਹੈ, ਮੇਰੀ ਪਿਆਸ ਤਾਂ ਨਹੀਂ ਬੁੱਝ ਰਹੀ, ਹੁਣ ਇਹਦਾ ਇਲਾਜ ਦੱਸੋ। ਹੁਣ ਅਗਲੀ ਲਾਈਨ ਪੜ੍ਹੋ, ਇੱਥੇ ਸਵਾਲ ਸੀ ਨਾ, ਸੁਣ ਮੀਤਾ, ਹਉ ਤੇਰੀ ਸਰਨਾਈ ਆਇਆ, ਪ੍ਰਭ ਮਿਲੋ ਦੇਹੋ ਉਪਦੇਸ਼ਾ। ਅਤੇ ਹੁਣ ਅਗਲੀ ਲਾਈਨ ਪੜ੍ਹੋ, ਕਹਿਣ ਲੱਗੇ ਉਹ ਉਪਦੇਸ਼, ਉਹ ਮਾਰਗ, ਉਹ ਰਸਤਾ ਪੁੱਛਣਾ ਚਾਹੁੰਦਾ ਜਿਹਦੇ ਨਾਲ ਵਿਛੋੜਾ ਮਿਲਾਪ ਵਿੱਚ ਬਦਲ ਜਾਏ। ਕਹਿਣ ਲੱਗੇ ਮਨ ਨਾ ਤੀਜਾ, ਉੱਥੇ ਸੀ ਮਾਈ, ਮੈਂ ਮਨ ਤੋਂ ਮਾਨ ਨਾ ਤਿਆਗੇ, ਇਸ ਸ਼ਬਦ ਵਿੱਚ ਨਾਲ ਹੀ ਜਵਾਬ ਦੇ ਦਿੱਤਾ,
ਕਹਿਣ ਲੱਗੀ ਮਾਨ ਨਾ ਕੀਜੈ ਸ਼ਰਨ ਪਰੀ ਜੈ ਮਾਨ ਛੱਡ ਜਿੰਨੀ ਦੇਰ ਅਭਿਮਾਨ ਨਹੀਂ ਛੱਡੇਗਾ ਓਨੀ ਦੇਰ ਮਿਲਾਪ ਨਹੀਂ ਹੋਵੇਗਾ ਵੱਡਾ ਹੋਣ ਦਾ ਉੱਚਾ ਹੋਣ ਦਾ ਮਾਣ ਮੈਂ ਬਲਕਿ ਹੈਰਾਨ ਹੁੰਦਾ ਗੁਰਬਾਣੀ ਅੰਦਰ ਕੈਸੀਆਂ ਕੈਸੀਆਂ ਉਦਾਹਰਨਾਂ ਨੇ ਗੁਰੂ ਕਹਿੰਦੇ ਨੇ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਗੁਰਬਾਣੀ ਕੌਣ ਪੁੱਜੇ ਕਹਿੰਦੇ ਨੇ ਇਹ ਕਹਾਣੀ ਵੀ ਸਮਝਣ ਵਾਲੀ ਹੈ ਤੈਨੂੰ ਪਤਾ ਲੱਗ ਜਾਏ ਬੂੰਦਾਂ ਸਾਗਰ ਵਿੱਚ ਸਨ ਅਤੇ ਸਾਗਰ ਖੁਆਉਂਦੀਆਂ ਸਨ ਅਸਮਾਨ ਅਤੇ ਸੂਰਜ ਸੀ ਉਹਨੇ ਭਰਮ ਪਾ ਦਿੱਤਾ ਬੂੰਦਾਂ ਨੂੰ ਵੇਖੋ ਮੈਂ ਅਸਮਾਨੀ ਫਿਰਦਾ ਤੁਸੀਂ ਗਹਿਰਾਈਆਂ ਵਿੱਚ ਧਰਤੀ ਦੀਆਂ ਗਹਿਰਾਈਆਂ ਵਿੱਚ ਬੈਠੀਆਂ ਹੋ ਜੇ ਕਦੀ ਮੇਰੇ ਕੋਲ ਆ ਜਾਓ ਤੁਹਾਨੂੰ ਪਤਾ ਲੱਗੇ ਉਚਾਈਆਂ ਅਭਿਮਾਨ ਕੀ ਹੁੰਦਾ ਬੂੰਦਾਂ ਭਾਫ ਬਣ ਕੇ ਸਾਗਰ ਨੂੰ ਛੱਡ ਕੇ ਬਦਲ ਗਈਆਂ ਉਹਦੀ ਆਵਾਜ਼ ਨਾਲ ਉਹਦੇ ਹੰਕਾਰ ਨਾਲ ਬਦਲ ਕੇ ਬੱਦਲ ਬਣ ਗਈਆਂ ਦੋਨੋਂ ਲਫ਼ਜ਼ ਬਿਲਕੁਲ ਮਿਲਦੇ ਨੇ ਅਭਿਮਾਨ ਨਾਲ ਬਣ ਬਦਲ ਜਾਂਦਾ ਹੈ ਬਦਲਦਾ ਬੂੰਦਾਂ ਬਦਲ ਗਈਆਂ ਬਦਲ ਕੇ ਬੱਦਲ ਬਣ ਗਈਆਂ ਉੱਡ ਕੇ ਆਸਮਾਨ ਸੂਰਜ ਵੱਲ ਤੁਰ ਪਈਆਂ ਅਸੀਂ ਇਸ ਸਾਗਰ ਦੀ ਗਹਿਰਾਈ ਵਿੱਚ ਕੀ ਲੈਣਾ ਹੈ ਆਸਮਾਨ ਵੱਲ ਤੁਰ ਪਈਆਂ ਪਰ ਹੋਇਆ ਕਿ ਇੱਧਰੋਂ ਹਵਾ ਦਾ ਬੁੱਲਾ ਆਇਆ ਇੱਧਰ ਨਿਥਾਮੀਆਂ ਹੋ ਗਈਆਂ ਕੋਈ ਘਰ ਨਾ ਰਿਹਾ ਨਾ ਘਰ ਦਾ ਨਾ ਘਾਟ ਦਾ ਇੱਧਰੋਂ ਹਵਾ ਦਾ ਬੁੱਲਾ ਆਇਆ ਇੱਧਰੋਂ ਉਡਾ ਕੇ ਲੈ ਗਿਆ ਅਹਿਸਾਸ ਹੋ ਗਿਆ ਕਿ ਅਸੀਂ ਆਪਣਾ ਘਰ ਛੱਡ ਕੇ ਸਾਗਰ ਛੱਡ ਕੇ ਨਿਥਾਮੀਆਂ ਮੁੜਕ ਮਿਲਣ ਦੀ ਤਾਂਘ ਹੋਈ ਸਿਰ ਭਰਨੇ ਬੂੰਦਾਂ ਧਰਤੀ ਵੱਲ ਤੁਰ ਪਈਆਂ ਇੱਥੇ ਆ ਕੇ ਵੀ ਇੱਕ ਗੱਲ ਸਮਝੀ ਜਿੰਨੀ ਦੇਰ ਅਸੀਂ ਆਪਾਂ ਨਹੀਂ ਗੁਆਵਾਂਗੇ ਬੂੰਦ ਦੀ ਵੱਖਰੀ ਹੋਂਦ ਨਹੀਂ ਛੱਡਾਂਗੀਆਂ ਮਿਲ ਬੈਠ ਕੇ ਇੱਕ ਵਹਿਣ ਨਹੀਂ ਬਣਾਂਗੀਆਂ ਬੂੰਦਾਂ ਪਹਿਲਾਂ ਵਹਿਣ ਬਣਦੀਆਂ ਨੇ ਦਰਿਆ ਬਣਦੀਆਂ ਨੇ ਅਤੇ ਬੂੰਦਾਂ ਜੇ ਵੱਖ ਵੱਖ ਰਹਿਣ ਤਾਂ ਧਰਤੀ ਵਿੱਚ ਸਮਾ ਕੇ ਖਤਮ ਹੋ ਜਾਂਦੀਆਂ ਨੇ ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ ਕਹਿਣ ਲੱਗੇ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ ਧਰਤੀ 'ਤੇ ਡਿੱਗੀ ਕੱਲਰ ਦੀ ਧਰਤੀ 'ਤੇ ਬੇਕਾਰ ਹੋ ਗਈ ਜੀਵਨ ਬਿਰਥਾ ਚਲਾ ਗਿਆ ਆਪਾਂ ਵੀ ਗਵਾ ਲਿਆ ਕੁਛ ਪੈਦਾ ਵੀ ਨਾ ਕਰ ਸਕੀ
ਮੈਂ ਹੈਰਾਨ ਹੁੰਦਾ ਗੁਰਬਾਣੀ ਦੀਆਂ ਗਹਿਰਾਈਆਂ ਵਿੱਚ ਕੀ ਕੁਝ ਪਲ ਛੁਪਿਆ ਹੋਇਆ ਹੈ। ਕਹਿਣ ਲੱਗੇ ਨਹੀਂ, ਬੂੰਦਾਂ ਵੀ ਉਹ ਹੀ ਸਿਆਣੀਆਂ ਜਿਹੜੀਆਂ ਭੂਮ ਵਿੱਚ ਮਿਲਣ ਦੀ ਬਜਾਏ ਆਪਸ ਵਿੱਚ ਮਿਲ ਗਈਆਂ। ਆਪਸ ਵਿੱਚ ਮਿਲ ਕੇ ਬੂੰਦਾਂ ਇੱਕ ਦਰਿਆ ਦਾ ਵਹਿਣ ਬਣ ਗਈਆਂ ਅਤੇ ਦਰਿਆ ਦੇ ਵਹਿਣ ਨੂੰ ਮੁੜ ਆਪਣਾ ਉਹੋ ਹੀ ਕਿਰਦਾਰ ਚੇਤੇ ਆ ਗਿਆ ਕਿ ਨੀਵੇਂ ਪਾਸੇ ਚੁਰ ਚੱਲਣਾ ਹੈ, ਵਹਿਣ ਨੀਵੇਂ ਪਾਸੇ ਚੁਲਦਾ ਹੈ। ਗੁਰੂ ਨੇ ਬਾਣੀ ਵਿੱਚ ਹਰ ਗੱਲ ਭਾਈ ਗੁਰਦਾਸ ਜੀ ਨੇ ਵੀ ਆਖ ਦਿੱਤੀ। ਕਹਿਣ ਲੱਗੇ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ, ਧਰਤੀ ਸਾਰੇ ਸਰੀਰ ਤੋਂ ਪੈਰਾਂ ਥੱਲੇ ਹੈ, ਪੈਰ ਜਿਹੜੇ ਨੇ ਉਹ ਸਿਰ ਨਾਲੋਂ ਨੀਵੇਂ ਨੇ। ਮੈਂ ਹੈਰਾਨ ਹੁੰਦਾ ਭਾਈ ਸਾਹਿਬ ਨੇ ਵੀ ਕਿੱਡੀ ਗਹਿਰਾਈ ਨਾਲ ਆਖਿਆ ਹੈ। ਕਹਿਣ ਲੱਗੇ ਸਿਰ ਅਤੇ ਪੈਰਾਂ ਵਿੱਚ ਅੰਤਰ ਕੀ ਹੈ, ਸਿਰ ਉੱਚਾ ਨੀਵੇਂ ਚਰਨ ਗੁਰਬਾਣੀ ਭਾਈ ਗੁਰਦਾਸ ਹੈ, ਸਿਰ ਉੱਚਾ ਨੀਵੇਂ ਚਰਨ, ਪੈਰ ਨੀਵੇਂ ਨੇ, ਸਿਰ ਉੱਚਾ ਹੈ, ਹੰਕਾਰੀ ਆ ਮੈਂ ਉੱਚਾ। ਪਰ ਭਾਈ ਸਾਹਿਬ ਕਹਿੰਦੇ ਨੇ ਕਦੀ ਵੇਖਿਆ ਜੇ ਸਿਰ ਨੂੰ ਹੀ ਪੈਰਾਂ ਵੱਲ ਝੁਕਣਾ ਪੈਂਦਾ, ਕਦੀ ਪੈਰ ਉੱਠ ਕੇ ਸਿਰ ਵੱਲ ਨਹੀਂ ਗਏ, ਸਿਰ ਪੈਰਾਂ 'ਤੇ ਪੈਂਦਾ, ਜਦੋਂ ਝੁਕਦਾ ਉਦੋਂ ਸਿਰ ਹੀ ਝੁਕਦਾ ਪੈਰਾਂ ਵੱਲ। ਭਾਈ ਸਾਹਿਬ ਕਹਿੰਦੇ ਨੇ ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੇ ਹੀ ਪਾਉਂਦੇ, ਧਰਤੀ ਪੈਰਾਂ ਹੇਠ ਹੈ, ਧਰਤੀ ਉਹਦੇ ਤੋਂ ਥੱਲੇ, ਪੈਰਾਂ ਤੋਂ ਵੀ ਥੱਲੇ ਹੈ, ਅਤੇ ਪਾਣੀ ਉਹਦੇ ਤੋਂ ਵੀ ਥੱਲੇ ਹੈ ਜਿਹੜਾ ਧਰਤੀ ਦੇ ਥੱਲੇ ਹੈ, ਬਲਕਿ ਧਰਤੀ ਦੇ ਥੱਲੇ ਵਾਲਾ ਪਾਣੀ ਜਿਹੜਾ ਉਹ ਕਦੀ ਜੂਠਾ ਨਹੀਂ ਹੁੰਦਾ, ਕਦੀ ਵਿਆਹ ਪੁਰਾਣਾ ਨਹੀਂ ਹੁੰਦਾ। ਮੈਂ ਕਈ ਵਾਰ ਕਹਿੰਦਾ ਅਜੀਬ ਗੱਲ ਹੈ, ਤੁਸੀਂ ਪਾਣੀ ਅੱਜ ਘੜਾ ਭਰ ਕੇ, ਮਟਕਾ ਭਰ ਕੇ ਰੱਖ ਲਓ, ਝੱਜਰ ਭਰ ਕੇ ਰੱਖ ਲਓ, ਗਿਲਾਸ ਭਰ ਕੇ ਰੱਖ ਲਓ, ਬੋਤਲ ਭਰ ਕੇ ਰੱਖ ਲਓ, ਦੋ ਚਾਰ ਦਿਨਾਂ ਬਾਅਦ ਉਹ ਨਹੀਂ ਵਰਤੋਗੇ, ਪੁਰਾਣੀ ਪੁਰਾਣੀ ਭਰੀ ਹੋਈ ਹੈ, ਹੁਣ ਨਵਾਂ ਪਾਓ, ਉਹ ਭਰਿਆ ਇਹ ਬੇਈ ਹੋ ਗਈ ਹੈ। ਪਰ ਇਹ ਪਾਣੀ ਜਿਸ ਧਰਤੀ ਦੇ ਥੱਲਿਓਂ ਆਇਆ, ਉਸ ਧਰਤੀ ਦੇ ਥੱਲੇ 'ਤੇ ਪਤਾ ਨਹੀਂ ਯੁੱਗਾਂ ਤੋਂ ਬੈਠਾ, ਉਹ ਵਿਆਹ ਨਹੀਂ ਹੋਇਆ, ਇਹ ਵਿਆਹ ਹੋ ਗਿਆ ਹੈ। ਧਰਤੀ ਦੇ ਥੱਲੇ ਵਾਲਾ ਪਾਣੀ ਪੁਰਾਣਾ ਨਹੀਂ ਹੋਇਆ, ਇਹ ਪੁਰਾਣਾ ਹੋ ਗਿਆ, ਕਿਉਂਕਿ ਉਹ ਡੂੰਘਾ ਇਹ ਬਾਹਰ ਨਿਕਲ ਆਇਆ, ਉਸ ਡੂੰਘਾਈ ਤੋਂ ਬਾਹਰ ਨਿਕਲ ਆਇਆ, ਉਹ ਜੂਠਾ ਨਹੀਂ ਹੋਇਆ। ਧਰਤੀ ਹੇਠ ਵਸੰਦਾ ਪਾਣੀ ਉਹ ਨਿਵਾਣ ਦਾ ਪ੍ਰਤੀਕ ਹੈ, ਇਸੇ ਲਈ ਜਦੋਂ ਬੂੰਦਾਂ ਨੇ ਮੁੜ ਕੇ ਮਿਲਣਾ ਸੀ ਸਾਗਰ ਨੂੰ, ਉਹਨਾਂ ਨੂੰ ਪਤਾ ਸੀ ਉਸ ਕਿਰਦਾਰ ਦਾ, ਇਸ ਲਈ ਵਹਿਣ ਬਣ ਕੇ ਥੱਲੇ ਨੂੰ ਤੁਰ ਪਈਆਂ। ਪਾਣੀ ਚੱਲੇ ਨਿਵਾਣ ਨੂੰ, ਨਿਰਮਲ ਸੀਤਲ ਸ਼ੁੱਧ ਪ੍ਰਾਣੀ। ਪਰ ਇੱਕ ਖਿਆਲ ਕਰਿਓ, ਗੁਰੂ ਨੇ ਇਹੋ ਗੱਲ ਸਮਝਾਈ, ਕਹਿਣ ਲੱਗੇ ਪਾਣੀ ਕੋਲੋਂ ਇਹ ਸਿੱਖਿਆ ਲੈ, ਨਿਵਾਣ ਕੀ ਚੀਜ਼ ਹੈ, ਨਿਵਾਣ ਕੀ ਚੀਜ਼,
ਭਾਈ ਗੁਰਦਾਸ ਜੀ ਇੱਕ ਥਾਂ 'ਤੇ ਲਫਜ਼ ਕਹਿਣ ਲੱਗੇ, ਸਿੱਖ ਵਿੱਚ ਜਿਹੜਾ ਆਪਣੇ ਆਪ ਨੂੰ ਗੁਰਸਿੱਖ ਅਖਵਾਉਣਾ ਚਾਹੁੰਦਾ, ਇਹ ਨਹੀਂ ਜ਼ਬਾਨ ਤੋਂ ਆਖ ਦੇਣਾ ਕਿ ਮੈਂ ਸਿੱਖ ਹਾਂ। ਸਿੱਖ ਦੀ ਪਰਿਭਾਸ਼ਾ ਭਾਈ ਗੁਰਦਾਸ ਕੋਲ ਪੁੱਛ, ਕਹਿਣ ਲੱਗੇ ਗੁਰਸਿੱਖ ਮਿੱਠਾ ਬੋਲਣਾ। ਦੋ ਗੱਲਾਂ ਸਿੱਖ ਵਿੱਚ ਬਹੁਤ ਜ਼ਰੂਰੀ ਨੇ। ਇਹ ਫੈਸਲਾ ਭਾਈ ਗੁਰਦਾਸ ਦਾ। ਕਹਿਣ ਲੱਗੇ ਗੁਰਸਿੱਖ ਮਿੱਠਾ ਬੋਲਣਾ, ਨੀਵਾਂ ਚੱਲਣਾ, ਗੁਰਸਿੱਖ ਪਰਵਾਨਾ। ਦੋ ਗੱਲਾਂ, ਨੀਵੇਂ ਪਾਸੇ ਤੁਰਨਾ, ਹੰਕਾਰ ਛੱਡਣਾ, ਆਪਾ ਮਿਟਾਉਣਾ, ਆਪ ਗਵਾਈਏ ਤਾਂ ਸੌ ਪਾਈਏ। ਇਹੋ ਹੀ ਗੱਲ ਇੱਥੇ ਆਖੀ। ਕਹਿਣ ਲੱਗੇ ਮਾਣ ਨਾ ਕੀਜੈ, ਸਰਨ ਪਰੀਜੈ, ਕਰੇ ਸੋ ਭਲਾ ਮਨਾਈਐ। ਕਹਿਣ ਲੱਗੇ ਹੇ ਮਿੱਤਰਾ, ਮੇਰੇ ਕੋਲੋਂ ਉਪਦੇਸ਼ ਪੁੱਛਣਾ ਹੈ, ਮਿਲਣ ਦਾ ਤਾਂ ਸੁਣ ਲੈ। ਕਹਿਣ ਲੱਗੇ ਉਹ ਫੈਸਲਾ ਇਹ ਹੈ ਕਿ ਮਾਣ ਨਾ ਕੀਜੈ, ਸਰਨ ਪਰੀਜੈ, ਕਰੇ ਸੋ ਭਲਾ ਮਨਾਈਐ। ਸੁਣ ਵੀਤਾ ਜਿਉ ਪਿੰਡ ਸਭ ਤਨ ਅਰ ਪੀਜੈ, ਇਉਂ ਦਰਸ਼ਨ ਹਰ ਜਿਉ ਪਾਈਐ। ਫੈਸਲਾ ਉੱਥੇ ਆਖਿਆ ਸੀ, ਪ੍ਰਭ ਮਿਲੋ ਦਿਹੋ ਉਪਦੇਸ਼ਾ, ਅਤੇ ਇੱਥੇ ਉਪਦੇਸ਼ ਸੀ। ਕਿੱਡਾ ਸਪਸ਼ਟ ਉਪਦੇਸ਼ ਸੀ। ਅਤੇ ਕਹਿਣ ਲੱਗੇ ਮਾਨ ਨਾ ਕੀਜੈ, ਸਰਨ ਪਰੀਜੈ, ਮਾਨ ਨਾ ਕੀਜੈ, ਸਰਨ ਪਰੀਜੈ, ਕਰੇ ਸੋ ਭਲਾ ਮਨਾਈਐ। ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀ ਜੈ, ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀ ਜੈ, ਇਉਂ ਦਰਸ਼ਨ ਹਰ ਜਿਉ ਪਾਈਐ। ਦਰਸ਼ਨ ਹਰ ਜਿਉ ਪਾਈਐ, ਸੁਣ ਮੀਤਾ, ਸੁਣ ਮੀਤਾ, ਹਉ ਤੇਰੀ ਸਰਨਾਈ। ਸੁਣ
ਬੜਾ ਸਪਸ਼ਟ ਜਵਾਬ ਸੀ। ਹੁਣ ਬੂੰਦਾਂ ਸਰਨਾਈ ਵੱਲ ਤੁਰ ਪਈਆਂ। ਪਹਿਲਾਂ ਤਾਂ ਮਿਲਾਪ, ਇੱਕ ਖਿਆਲ ਕਰਿਓ, ਸੰਸਾਰ ਦਾ ਕੋਈ ਵੀ ਮਿਲਾਪ ਹੈ, ਇਹ ਨਹੀਂ ਨਿਰੰਕਾਰ ਦਾ। ਮੈਂ ਰਾਤ ਵੀ ਅਰਜ਼ ਕੀਤੀ ਸੀ, ਹੰਕਾਰ ਦੋਸਤੀ ਤੋੜ ਦਿੰਦਾ ਹੈ, ਹੰਕਾਰ ਰਿਸ਼ਤੇ ਤੋੜ ਦਿੰਦਾ ਹੈ। ਪਤੀ ਇਸਤਰੀ ਦਾ ਮਿਲਾਪ ਵੀ ਕਿਸੇ ਨਿਮਰਤਾ ਵਿਦਾ ਮੁਹਤਾਜ ਹੈ। ਗੁਰੂ ਨੇ ਕਿਉਂ ਬਾਣੀ ਵਿੱਚ ਆਖ ਦਿੱਤਾ, ਦੋ ਸਲੋਕਾਂ ਅੰਦਰ ਪਹਿਲਾ ਸੀ, ਕਮਨ ਸੋ ਅੱਖਰ ਕਮਨ ਸੋ ਗੁਣ ਕਮਨ ਸੋ ਮਣੀਆਂ ਮੰਤ ਕਮਨ ਸੋ ਵੇਸੋ ਹੋ ਕਰੀ ਜਿਤ ਵਸ ਆਵੇ ਕੰਤ, ਅਤੇ ਜਵਾਬ ਸੀ ਨਿਮਨ ਸੋ ਅੱਖਰ ਖਾਣ ਗੁਣ ਜੇ ਬਹ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਸੰਸਾਰ ਦਾ ਮਿਲਾਪ ਵੀ, ਦੁਨੀਆਦਾਰੀ ਦਾ ਮਿਲਾਪ ਵੀ, ਪਰਿਵਾਰ ਦਾ ਮਿਲਾਪ ਵੀ, ਅਤੇ ਨਿਰੰਕਾਰ ਦਾ ਮਿਲਾਪ ਵੀ, ਸਾਰੇ ਕਿਸੇ ਨਿਮਰਤਾ ਆਪ ਗਵਾਈਏ ਤਾਂ ਸੋ ਪਾਈਏ ਵਿੱਚ ਖੜ੍ਹੇ ਨੇ। ਜਿਹੜੀ ਗੱਲ ਗੁਰੂ ਸਮਝਾ ਰਿਹਾ ਹੈ, ਬਸ ਬੂੰਦਾਂ ਵੀ ਜਿਸ ਦਿਨ ਆਪਾਂ ਮਿਟਾ ਕੇ ਨਿਵਾਨ ਵੱਲ ਚੱਲ ਕੇ ਸਾਗਰ ਵਿੱਚ ਪਹੁੰਚ ਗਈਆਂ, ਉਸ ਦਿਨ ਬੂੰਦਾਂ ਦੀ ਆਪਣੀ ਹੋਂਦ ਖਤਮ ਹੋ ਗਈ। ਫਿਰ ਕੀ ਹੋਇਆ? ਗੁਰਬਾਣੀ ਨੇ ਆਖ ਦਿੱਤਾ, ਕਹਿਣ ਲੱਗੇ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕੌਣ ਬੁੱਝੇ ਵਿਧ ਜਾਣੇ। ਅੱਗੇ ਜਾ ਕੇ ਕਹਿੰਦੇ ਨੇ, ਐਸਾ ਗਿਆਨ ਵਿਚਾਰੇ ਕੋਈ, ਬਸ ਗੁਰੂ ਕੋਲੋਂ ਇਹ ਸਿੱਖਣ ਆਉਣਾ, ਇਹ ਗਿਆਨ ਕੀ ਹੈ, ਇਹ ਸਮਝਣ ਵਾਲੀ ਗੱਲ ਗੁਰੂ ਸਮਝਾਏਗਾ, ਕਿਵੇਂ ਸੰਸਾਰ ਅੰਦਰ ਜਿਉਣਾ, ਕਿਵੇਂ ਨਿਰੰਕਾਰ ਨਾਲ ਮੇਲ ਹੋਣਾ, ਉਹ ਦੋਹਾਂ ਚੀਜ਼ਾਂ ਲਈ ਇੱਕ ਨਿਮਰਤਾ ਨੀਵਾਂਪਨ ਆਪ ਗਵਾਈਏ ਵਾਲੀ ਸ਼ਰਤ ਮੌਜੂਦ ਹੈ ਇਹਨਾਂ ਸ਼ਬਦਾਂ ਨਾਲ। ਖਿਮਾਂ ਦਾ ਜਾਚਕ ਹਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।